ਇਹ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਅੱਜਕੱਲ ਇੰਡੀਆ ਦੇ ਵਿੱਚ ਪਿਛਲੇ 1 ਸਾਲ ਤੋਂ ਫੈਲ ਰਹੀ ਇਸ ਮਹਾਮਾਰੀ ਦੇ ਮਾਮਲੇ ਫਿਰ ਤੋਂ ਬਹੁਤ ਹੀ ਜ਼ਿਆਦਾ ਵੱਧ ਗਏ ਹਨ ਅਤੇ ਲੋਕਾਂ ਦੇ ਉੱਤੇ ਬੜਾ ਹੀ ਮਾੜਾ ਅਸਰ ਪੈ ਰਿਹਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਲੋਕ ਜਿਸ ਤਰ੍ਹਾਂ ਪਹਿਲਾਂ ਇਸ ਮਹਾਮਾਰੀ ਦੇ ਨਾਲ ਲੜ ਰਹੇ ਸਨ ਜਾਂ ਉਸ ਦਾ ਮੁਕਾਬਲਾ ਕਰ ਰਹੇ ਸਨ ਹੁਣ ਉਹਨਾਂ ਨੂੰ ਉਸ ਤੋਂ ਵੀ 2 ਗੁਣਾ ਜ਼ਿਆਦਾ ਇਸ ਮਹਾਮਾਰੀ ਦੇ ਨਾਲ ਲੜਨਾ ਪੈ ਰਿਹਾ ਹੈ ਅਤੇ ਕੋਈ ਵੀ ਉਹਨਾਂ ਦੇ ਨਾਲ ਖੜਨ ਦੇ ਲਈ ਤਿਆਰ ਨਹੀਂ ਹੈ। ਨਾ ਹੀ ਸਰਕਾਰ ਅਤੇ ਨਾ ਹੀ ਡਾਕਟਰ ਕਿਉਂਕਿ ਹੁਣ ਜਿਹੜੇ ਵੀ ਲੋਕ ਇਸ ਮਹਾਮਾਰੀ ਦੇ ਸ਼ਿਕਾਰ ਹੋ ਰਹੇ ਹਨ ਉਹਨਾਂ ਨੂੰ ਬੈੱਡ ਤੱਕ ਨਹੀਂ ਦਿੱਤੇ ਜਾ ਰਹੇ ਅਤੇ ਨਾ ਹੀ ਸਰਕਾਰ ਉਹਨਾਂ ਦੀ ਕੋਈ ਵੀ ਸੁਣਵਾਈ ਕਰ ਰਹੀ ਹੈ। ਇੱਕ ਇਸੇ ਤਰ੍ਹਾਂ ਦਾ ਹੀ ਮਾਮਲਾ ਯੂਪੀ ਦੇ ਵਿੱਚ ਪੈਂਦੇ ਇੱਕ ਸ਼ਹਿਰ ਨੌਇਡਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਪੂਰੇ ਮਾਮਲੇ ਦੇ ਪਿੱਛੇ ਸੱਚਾਈ ਕੀ ਹੈ ਉਸ ਦੇ ਬਾਰੇ ਵਿੱਚ ਅਸੀਂ ਤੁਹਾਨੂੰ ਆਪਣੀ ਇਸ ਵੀਡੀਓ ਦੇ ਦੁਆਰਾ ਦੱਸਾਂਗੇ। ਦਰਅਸਲ ਦੇਸ਼ ਭਰ 'ਚ ਹਰ ਰੋਜ਼ ਇਸ ਮਹਾਮਾਰੀ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ ਇਨ੍ਹਾਂ ਮਾਮਲਿਆਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ ਨਾ ਲੋਕਾਂ ਨੂੰ ਬੈੱਡ ਮਿਲ ਰਹੇ ਹਨ ਅਤੇ ਨਾ ਹੀ ਆਕਸੀਜਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਕਹਿੰਦੇ ਹਨ ਕਿ ਯੂਪੀ 'ਚ ਬੈੱਡ ਦੀ ਘਾਟ ਨਹੀਂ ਹੈ ਪਰ ਯੂਪੀ ਦੇ ਸਭ ਤੋਂ ਹਾਈ ਪ੍ਰੋਫਾਈਲ ਸ਼ਹਿਰ ਨੋਇਡਾ 'ਚ ਬੈੱਡ ਨਾ ਮਿਲਣ ਕਾਰਨ ਲੋਕ ਸੜਕ ਤੇ ਮਾਰ ਰਹੇ ਹਨ 35 ਸਾਲ ਦੀ ਜਗਿਰਦੀ ਗੁਪਤਾ ਨੌਇਡਾ ਦੇ ਸਰਕਾਰੀ ਜਿਸਮ ਹਸਪਤਾਲ ਦੀ ਪਾਰਕਿੰਗ ਚ ਖੜੀ ਗੱਡੀ 'ਚ ਤੜਫਦੀ ਰਹੀ ਪਰ ਹਸਪਤਾਲ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਨਾ ਬੈੱਡ ਹਨ ਅਤੇ ਨਾ ਹੀ ਆਕਸੀਜਨ ਵੀਰਵਾਰ ਸਵੇਰੇ 12:30 ਵਜੇ ਇੱਥੇ ਪਹੁੰਚੀ ਜਗਿਰਦੀ ਨਾਲ ਆਏ ਲੋਕ ਵਾਰ-ਵਾਰ ਡਾਕਟਰਾਂ ਨੂੰ ਬੇਨਤੀ ਕਰਦੇ ਰਹੇ ਕਰੀਬ 3 ਘੰਟੇ ਬਾਅਦ ਜਗਿਰਦੀ ਨੇ ਗੱਡੀ 'ਚ ਦਮ ਤੋੜ ਦਿੱਤਾ ਜਗਿਰਤੀ ਪੇਚੇ ਤੋਂ ਇੰਜੀਨੀਅਰ ਸੀ ਅਤੇ ਗ੍ਰੇਟਰ ਨੋਇਡਾ ਚ ਨੌਕਰੀ ਕਰਦੀ ਸੀ ਪਰਿਵਾਰ ਮੱਧ ਪ੍ਰਦੇਸ਼ ਵਿੱਚ ਹੈ ਕਟਨਾ ਦੇ ਚਸ਼ਮਦੀਦ ਸਚਿਨ ਨੇ ਦੱਸਿਆ ਕਿ ਜਗਿਰਤੀ ਜਿੰਨਾ ਦੇ ਇੱਥੇ ਰਹਿੰਦੀ ਹੈ ਉਹੋ ਹੀ ਹਸਪਤਾਲ ਲੈ ਕੇ ਪਹੁੰਚੇ ਸਨ ਉਹ ਵਾਰ-ਵਾਰ ਹਸਪਤਾਲ ਨੂੰ ਜਗਿਰਤੀ ਦੇ ਇਲਾਜ ਕਰਨ ਦੀ ਗੁਰਾਹ ਲਗਾ ਰਹੇ ਸਨ ਪਰ ਕੁਝ ਨਹੀਂ ਹੋਇਆ ਆਖਿਰ ਜਗਿਰਤੀ ਨੇ ਦਮ ਤੋੜ ਦਿੱਤਾ ਨੌਇਡਾ 'ਚ ਇਸ ਸਮੇਂ ਹਾਲਾਤ ਬੇਹੱਦ ਖਰਾਬ ਹਨ ਸਰਕਾਰੀ ਹਸਪਤਾਲਾਂ ਦੇ ਬਾਹਰ ਇਸ ਮਹਾਮਾਰੀ ਦੇ ਮਰੀਜ਼ਾਂ ਦੇ ਪਰਿਵਾਰ ਵਾਲੇ ਉਦਾਸ ਹੋ ਕੇ ਵਾਪਸ ਪਰਤ ਰਹੇ ਹਨ ਸਾਰਿਆਂ ਨੂੰ ਦੱਸ ਦਿੱਤਾ ਗਿਆ ਹੈ ਕਿ ਬੈੱਡ ਨਹੀਂ ਹਨ ਨੌਇਡਾ ਪ੍ਰਸ਼ਾਸਨ ਨੇ ਔਨਲਾਈਨ ਕੋਵਿਡ ਟਰੈਕਰ ਬਣਾ ਰੱਖਿਆ ਹੈ ਜਿੱਥੇ ਆਕਸੀਜਨ ਅਤੇ ਆਈਸੀਯੂ ਬੈੱਡ ਮਿਲ ਦੇ ਕੁੱਲ 2568 ਬੈੱਡ ਹਨ ਪਰ ਇੱਕ ਵੀ ਖਾਲੀ ਨਹੀਂ ਹੈ ਸਰਕਾਰ ਕੁਝ ਵੀ ਕਹੇ ਪਰ ਅਸਲੀਅਤ ਇਹ ਹੈ ਕਿ ਪੂਰੇ ਉੱਤਰ ਪ੍ਰਦੇਸ਼ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਹਨ। ਅਤੇ ਲੋਕਾਂ ਨੂੰ ਇੰਨਾ ਹਾਲਾਤਾਂ ਦੇ ਨਾਲ ਜਿੱਟਣਾ ਪੈ ਰਿਹਾ ਹੈ ਅਤੇ ਉਹਨਾਂ ਦੀ ਮਦਦ ਕਰਨ ਦੇ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ। ਅਤੇ ਲੋਕ ਤੜਫ-ਤੜਫ ਕੇ ਸੜਕਾਂ ਤੇ ਹੀ ਦਮ ਤੋੜ ਰਹੇ ਹਨ। ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।